ਦੇਖਿਆ ਕਿ ਮਹਾਰਾਜ ਪਿੰਡ ਦੇ ਵਸਕੇ ਭਰਾ ਇੱਕੇ ਰਾਤ ਚਿੱਟੇ ਦੇ ਨਾਲ ਮਰ ਜਾਂਦੇ ਨੇ ਕਿ ਇਹ ਸੱਥਰ ਨੇ ਜਿਹੜੇ ਹਰ ਘਰ ਦੇ ਵਿੱਚ ਵਿਛਣੇ ਆ ਇਹ ਅੱਗ ਹੈ ਜਿਹੜੀ ਹਰ ਘਰ 'ਚ ਪਹੁੰਚਣੀ ਆ ਸੋ ਪਾਰਟੀਆਂ ਤੋਂ ਉੱਪਰ ਉੱਠ ਕੇ ਜਾਣੇ 4 ਤਰੀਕ ਨੂੰ ਅੱਥ ਨੇ 4 ਵਜੇ ਵੱਡਾ ਇਕੱਠ ਰੱਖਿਆ ਗਿਆ ਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਦੇਖ ਰਹੇ ਹਾਂ ਕਿ ਕਿਵੇਂ ਚਿੱਟੇ ਦਾ ਕਹਿਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਚੱਲ ਰਿਹਾ ਪਿੰਡਾਂ ਦੇ ਵਿੱਚ ਕਿਸ ਤਰੀਕੇ ਨਾਲ ਆਪਾਂ ਦੇਖਦੇ ਹਾਂ ਕਿ ਮੌਤਾਂ ਹੋ ਰਹੀਆਂ ਨੇ ਨੌਜਵਾਨਾਂ ਦੀਆਂ ਤਾਂ ਉਸੇ ਸੰਬੰਧ 'ਚ ਪਿੰਡ ਮਹਾਰਾਜ ਵਿਖੇ ਦਾਣਾ ਮੰਡੀ ਜਿਹੜੀ ਵੱਡੀ ਦਾਣਾ ਮੰਡੀ ਆ ਉੱਥੇ ਪਰਸੋਂ ਜਾਣੇ 4 ਤਰੀਕ ਨੂੰ ਅੱਥ ਨੇ 4 ਵਜੇ ਵੱਡਾ ਇਕੱਠ ਰੱਖਿਆ ਗਿਆ ਤਾਂ ਕਿ ਕੋਈ ਨਾ ਕੋਈ ਹੱਲ ਕੱਢਿਆ ਜਾ ਸਕੇ ਲੋਕਾਂ ਨੂੰ ਇਕੱਠੇ ਕਰਕੇ ਲਾਮਬੰਦ ਕਰਕੇ ਕਿਉਂਕਿ ਜੇ ਸਾਨੂੰ ਇਹ ਲੱਗਦਾ ਕਿ ਅਸੀਂ ਸਰਕਾਰਾਂ ਤੋਂ ਕੋਈ ਸਾਨੂੰ ਝਾਕ ਲੱਗਦੀ ਆ ਕੋਈ ਉਮੀਦ ਲੱਗਦੀ ਆ ਜਾਂ ਕੋਈ ਸਾਨੂੰ ਇਹ ਲੱਗਦਾ ਵੀ ਕੋਈ ਪ੍ਰਸ਼ਾਸਨ ਇੱਥੇ ਨੂੰ ਰੋਕ ਦੂਗਾ ਤਾਂ ਮੁਸ਼ਕਲ ਹੈ ਹੁਣ ਤਾਂ ਭਰਾਵੋ ਆਪਦੀ ਰਾਖੀ ਆਪ ਕਰਨੀ ਪੈਣੀ ਹੈ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਨੌਜਵਾਨੀ ਬਚੀ ਰਹੇ ਸਾਡੇ ਆਉਣ ਵਾਲੇ ਬੱਚੇ ਸਾਡਾ ਭਵਿੱਖ ਬਚਿਆ ਰਹੇ ਤਾਂ ਸਾਨੂੰ ਮੈਦਾਨ 'ਚ ਨਿਤਰਨਾ ਪੈਣਾ 4 ਤਰੀਕ ਨੂੰ ਪਰਸੋਂ ਵੱਡਾ ਇਕੱਠ ਰੱਖਿਆ ਗਿਆ ਦਾਣਾ ਮੰਡੀ ਮਹਾਰਾਜ ਵਿਖੇ ਅਸੀਂ ਸਮੁੱਚੇ ਪੰਜਾਬ ਦੇ ਉਹਨਾਂ ਦਰਦੀ ਲੋਕਾਂ ਨੂੰ ਅਪੀਲ ਕਰਦੇ ਹਾਂ ਜਿਹੜੇ ਚਾਹੁੰਦੇ ਆ ਕਿ ਯਾਰ ਇਸ ਜਿਹੜੀ ਇਹ ਅਲਾਮਤ ਹੈ ਜਿਹੜੀ ਬਹੁਤ ਭਿਆਨਕ ਅਲਾਮਤ ਹੈ ਤੁਸੀਂ ਦੇਖਿਆ ਕਿ ਮਹਾਰਾਜ ਪਿੰਡ ਦੇ ਵਸਕੇ ਭਰਾ ਇੱਕੇ ਰਾਤ ਚਿੱਟੇ ਦੇ ਨਾਲ ਮਰ ਜਾਂਦੇ ਨੇ ਪਤਾ ਨਹੀਂ ਕਿੰਨੇ ਕੁ ਹੋਰ ਜਿਹੜੇ ਆਪਾਂ ਪਤਾ ਵੀ ਨਹੀਂ ਲੱਗਦਾ ਕਿ ਬਹੁਤ ਥਾਈ ਇਸ ਤਰ੍ਹਾਂ ਦੇ ਨਾਲ ਜਿਹੜੇ ਨੌਜਵਾਨੀ ਸਾਡੀ ਮਰ ਰਹੀ ਹੈ ਸੋ ਆਓ ਪੰਜਾਬੀਓ ਇਕੱਠੇ ਹੋ ਕੇ ਆਪਾਂ ਹੰਭਲਾ ਮਾਰੀਏ ਤਾਂ ਕਿ ਕਿਸੇ ਤਰੀਕੇ ਨਾਲ ਇਹਨੂੰ ਠੱਲ ਪਾਈ ਜਾ ਸਕੇ ਜੇ ਅੱਜ ਨਾ ਜਾਗੇ ਜੇ ਅੱਜ ਨਾ ਉੱਠੇ ਤਾਂ ਯਾਦ ਰੱਖਿਓ ਮੇਰੀ ਗੱਲ ਕਿ ਇਹ ਸੱਥਰ ਨੇ ਜਿਹੜੇ ਹਰ ਘਰ ਦੇ ਵਿੱਚ ਵਿਛਣੇ ਆ ਇਹ ਅੱਗ ਹੈ ਜਿਹੜੀ ਹਰ ਘਰ 'ਚ ਪਹੁੰਚਣੀ ਆ ਸੋ ਪਾਰਟੀਆਂ ਤੋਂ ਉੱਪਰ ਉੱਠ ਕੇ ਆ ਜਿਹੜੀ ਸਿਆਸੀ ਗੰਦੀ ਰਾਜਨੀਤੀ ਸਾਡੇ ਵੜ ਗਈ ਨਾ ਇਹਨਾਂ ਗੰਦੀ ਰਾਜਨੀਤੀਆਂ ਤੋਂ ਉੱਪਰ ਉੱਠ ਕੇ ਧੜੇਬਾਜ਼ੀਆਂ ਤੋਂ ਉੱਪਰ ਉੱਠ ਕੇ ਇਕੱਠੇ ਹੋ ਕੇ ਆਪਣੇ ਬੱਚਿਆਂ ਨੂੰ ਆਪਣੇ ਭਵਿੱਖ ਨੂੰ ਬਚਾਉਣ ਲਈ ਆਪਾਂ ਹੰਭਲਾ ਮਾਰ ਗਏ ਸੋ 4 ਵਜੇ 4 ਤਰੀਕ ਨੂੰ ਮਹਾਰਾਜ ਦੀ ਵੱਡੀ ਦਾਣਾ ਮੰਡੀ ਦੇ ਵਿੱਚ ਇਕੱਠ ਰੱਖਿਆ ਗਿਆ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਵੱਡੀ ਗਿਣਤੀ 'ਚ ਪਹੁੰਚੋ ਤਾਂ ਕਿ ਆਪਾਂ ਉੱਥੇ ਕੋਈ ਠੋਸ ਵਧੀਆ ਕੋਈ ਪ੍ਰੋਗਰਾਮ ਦੇ ਕੇ ਆਪਾਂ ਇਸ ਮਸਲੇ ਦਾ ਹੱਲ ਕੱਢ ਸਕੀਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ।